ਹਾਂਜੀ ਕਿੱਦਾਂ ਸਾਰੇ ਵੀਡੀਓ ਆ ਜੀ ਇੱਕ ਤਾਂ ਸ਼ੇਅਰ ਕਰਨੀ ਪੈਣੀ ਆ ਅਸੀਂ ਪੰਜਾਬੀ ਆਪਸ ਵਿੱਚ ਲੜੀ ਜਾਂਦੇ ਆ ਤੇ ਸਰਕਾਰਾਂ ਸਾਡੇ ਨਾਲ ਕੀ ਕਰਦੀਆਂ ਕਦੀ ਇਹ ਵੀ ਸੋਚ ਲਿਓ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਤੋਂ ਪਹਿਲਾਂ ਗਾਲਾਂ ਦੇਣ ਤੋਂ ਪਹਿਲਾਂ ਇਹ ਵੀ ਸੋਚਿਓ ਸਾਡੇ ਪੰਜਾਬੀਆਂ ਨਾਲ ਪੰਜਾਬੀ ਨਾਲ ਕੀ ਹੁੰਦਾ ਪਿਆ ਆ ਹਨਾ ਜੰਮੂ ਕਸ਼ਮੀਰ ਚ ਭਾਸ਼ਾ ਦਾ ਬਿੱਲ ਆ ਮੌਨਸੂਨ ਦੇ ਸੈਸ਼ਨ ਚ ਆਉਣਾ ਆ ਉਹ ਨਹੀਂ ਸਰਕਾਰ ਨੇ ਕਿਸੇ ਨੂੰ ਦਾ ਪਾਸਾ ਹੀ ਕਰਤਾ ਆ ਤੇ ਪਹਿਲਾਂ ਸੀਗੀਆਂ ਉਰਦੂ ਤੇ ਅੰਗਰੇਜ਼ੀ ਤੇ ਪੰਜ ਨਵੀਆਂ ਭਾਸ਼ਾਵਾਂ ਤੁਸੀਂ ਦੇਖ ਸਕਦੇ ਆ ਉਰਦੂ ਹਿੰਦੀ ਕਸ਼ਮੀਰੀ ਡੋਗਰੀ ਤੇ ਅੰਗਰੇਜ਼ੀ ਬਿਲ ਬਕਮ ਅਫੀਸ਼ੀਅਲ ਲੈਂਗੁਏਜ ਜੰਮੂ ਕਸ਼ਮੀਰ ਦੀਆਂ ਪੰਜਾਬੀ ਦਾ ਕਿਤੇ ਨਾਮੋ ਨਿਸ਼ਾਨ ਹੈ ਨਹੀਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ ਤੇ ਹੋ ਹੱਲਾ ਹੋਇਆ ਪਿਆ ਆ ਵੀ ਪੰਜਾਬੀ ਦਾ ਨਾ ਹੀ ਹੈ ਨਹੀਂ ਜੇ ਪੰਜਾਬੀ ਵੀ ਵਿੱਚ ਐਡ ਕਰ ਲੈਂਦੇ ਕੀ ਹੋ ਜਾਂਦਾ ਇਹ ਸੋਚਣ ਵਾਲੀ ਗੱਲ ਆ ਹਨਾ ਪਹਿਲੀ ਤਾਂ ਗੱਲ ਪੰਜਾਬੀ ਉੱਥੇ ਬੋਲਦੇ ਬਹੁਤ ਜ਼ਿਆਦਾ ਆ ਉੱਥੇ ਸਿੰਘ ਹੈਗੇ ਆ ਜੰਮੂ ਕਸ਼ਮੀਰ 'ਚ ਤੇ ਸਰਕਾਰਾਂ ਦੀਆਂ ਹੀ ਨੀਤੀਆਂ ਇਦਾਂ ਹੀ ਵੀ ਇਹਨਾਂ ਨੂੰ ਆਪਸ ਵਿੱਚ ਹੀ ਲੜਾਈ ਚਲੋ ਤੇ ਗਾਲ੍ਹਾਂ ਇੱਕ ਦੂਜੇ ਨੂੰ ਦੇਈ ਜਾਂਦੇ ਵੱਡੇ ਮੈਨੂੰ ਵੱਡੇ ਧਮਕੀਆਂ ਦਿੰਦੇ ਵੱਡੇ ਤੁਸੀਂ ਬਦਮਾਸ਼ ਆ ਹੁਣ ਕਰੋ ਹੁਣ ਕਰੋ ਗੱਲ ਮੋੜੇ ਜਾ ਕੇ ਵੀ ਸਾਡੀ ਪੰਜਾਬੀ ਕਿੱਥੇ ਗਈ ਆ ਮੈਂ ਤਾਂ ਬੜੀ ਤੈਨੂੰ ਦੇਖ ਲੈਣਾ ਤੈਨੂੰ ਆ ਕਰ ਦੇਣਾ ਉਹ ਕਰ ਦੇਣਾ ਕਰ ਲਿਓ ਭਰਾਵੋ ਜੋ ਕਰਨਾ ਦੁੱਖ ਲੱਗਦਾ ਆ ਯਾਰ ਭਈ ਜਿੰਨੇ ਜੋਗੇ ਹੈਗੇ ਆ ਆਵਾਜ਼ ਚੱਕੀ ਦੀ ਆ ਤੇ ਪੰਜਾਬੀ ਨਾਲ ਹਰ ਪਾਸੇ ੱੱੱਕਾ ਹੁੰਦਾ ਪਿਆ ਤੇ ਹੋਈ ਜਾਣਾ ਜਦੋਂ ਤੱਕ ਤੁਸੀਂ ਆਪਸ ਵਿੱਚ ਲੜੀ ਗਏ ਏ ਹੋਈ ਜਾਣਾ ਆ ਪੰਜਾਬੀ ਦਾ ਨਾ ਹੀ ਹੈ ਨਹੀਂ ਕਿਤੇ ਤੇ ਬੇਲਾ ਹੋ ਆ ਗਿਆ پاس ਹੋ ਜਾਣਾ ਮਾਨਸੂਨ ਸੈਸ਼ਨ ਚ ਜੰਮੂ ਕਸ਼ਮੀਰ ਚ ਚਲੋ ਜੀ ਕੋਈ ਨਹੀਂ ਆ ਪੰਜਾਬੀ ਨੂੰ ਲੈ ਕੇ ਕੀ ਕਰਨਾ ਹਨਾ ਹੱਦਿਆ ਯਾਰ ਇੱਕ ਮੈਂ ਸਟੋਰੀ ਪਾਈ ਸੀ ਅਨਮੋਲ ਆ ਕੁੜੀ ਉਹਦੀ ਬਹੁਤ ਪਿਆਰੀ ਆਵਾਜ਼ ਜਿਹਨੇ ਮੇਰੀ ਕਾਪੀ ਕੀਤੀ ਆਲਮੋਸਟ ਪੂਰੀ ਤਰ੍ਹਾਂ ਹਾਂਜੀ ਕਿਦਾਂ ਸਾਰੇ ਉਹ ਤੁਸੀਂ ਸਾਰਿਆਂ ਨੇ ਦੇਖੀ ਯਕੀਨ ਕਰੋ ਹਜ਼ਾਰ ਤੋਂ ਵੱਧ ਦਾ ਮੈਸੇਜ ਹੀ ਆ ਗਿਆ ਉਸੇ ਸਟੋਰੀ ਦਾ ਵੀ ਬਹੁਤ ਵਧੀਆ ਤੇ ਇਦਾਂ ਹੀ ਦਿਲ ਦੀ ਗੱਲ ਕੀਤੀ ਸੀ ਉਸ ਚ ਉਸਨੇ ਤੇ ਮੈਂ ਥੋੜੇ ਹੋਰ ਹੁਣ ਫੈਕਟ ਦਿਲ ਦੇ ਦੱਸ ਦਮਾ ਇਹ ਤੁਸੀਂ ਦੇਖ ਸਕਦੇ ਹੋ ਇਸ ਨੂੰ ਬੇਵੀ ਫੇਕ ਆ ਜਾਂਦਾ 1984 ਚ ਇਸ ਦਾ ਜਨਮ ਹੋਇਆ ਸੀ ਕੁੜੀ ਦਾ ਤੇ ਇਸ ਦੇ ਦਿਲ ਚ ਦਿੱਕਤ ਸੀ ਉਸ ਸਮੇਂ ਦਿਲ ਨਹੀਂ ਸੀ ਮਿਲਦਾ ਪਿਆ ਕਿਸੇ ਇਨਸਾਨ ਦਾ ਤੇ ਸਾਇੰਸ ਦੇਖ ਲਓ 1984 ਤੋਂ 35-40 ਸਾਲ ਹੋ ਗਏ 37-36 ਸਾਲ ਹੋ ਗਏ ਆ ਵੀ ਸਾਇੰਸ ਕਿੱਥੇ ਦੀ ਕਿੱਥੇ ਪਹੁੰਚੀ ਉਹ ਮੈਂ ਪਿੱਟਦਾ ਰਹਿਣਾ ਭਰਾਵੋ ਮਤਲਬ ਹਨਾ ਵੀ ਆਪਾਂ ਚਲੋ ਪਈ ਆਪਣੀ ਸੋਚ ਤਾਂ ਉਸੇ ਲੈਵਲ ਦੀ ਕਰ ਲਈਏ ਹਨਾ ਤੇ ਇਹਦੇ ਦਿਲ ਲਾਇਆ ਸੀ ਜੀ ਬਬੂਨ ਦਾ ਮਤਲਬ ਪਈ ਕਹਿ ਸਕਦੇ ਆ ਪਈ ਬਾਂਦਰ ਦਾ ਕਹਿ ਸਕਦੇ ਆ ਹਨਾ ਵੀ ਇਸਦੇ ਦਿਲ ਇਨਸਾਨ ਦਾ ਉਦੋਂ ਮਿਲਦਾ ਨਹੀਂ ਸੀ ਪਿਆ ਇਹਦਾ ਜਨਮ ਹੋਇਆ ਸੀ ਤੇ ਇਸ ਨੂੰ ਕੋਈ ਦਿਲ ਚ ਦਿੱਕਤ ਸੀ ਇਹ ਤੁਸੀਂ ਦੇਖ ਸਕਦੇ ਆ ਸਰੀਰ ਕਿੱਦਾਂ ਪਾੜਿਆ ਪਿਆ ਸੀ ਹਨਾ ਤੇ ਦਿਖਾਉਨੇ ਤੁਹਾਨੂੰ ਇਹਦੇ ਦਿਲ ਕੀ ਦਾ ਲਗਾਇਆ ਗਿਆ ਸੀ ਚਲੋ ਮਹੀਨੇ ਬਾਅਦ ਇਸ ਦੀ ਮਤਲਬ ਪਈ ਡੈਥ ਹੋ ਗਈ ਸੀ ਨਿਆਣੇ ਦੀ ਪਰ ਇਤਿਹਾਸ ਚ ਇੱਕ ਤੇ ਆਸੇ ਚ ਇੱਕ ਗੱਲ ਜੁੜ ਗਈ ਸੀ ਭਈ ਕਿਸੇ ਇਨਸਾਨ ਦੇ ਕਿਸੇ ਜਾਨਵਰ ਦਾ ਦਿਲ ਲਗਾਇਆ ਗਿਆ ਹਨਾ ਭਈ ਕੰਮ ਵੀ ਕੀਤਾ ਮਹੀਨਾ ਕੰਮ ਕੀਤਾ ਕੁਝ ਦਿੱਕਤ ਆ ਗਈ ਸੀ ਤੇ ਉਸ ਜਵਾਗ ਦੀ ਮੌਤ ਹੋ ਗਈ ਸੀ ਹਨਾ ਭਈ ਦਿਲ ਦੇ ਤੁਹਾਨੂੰ ਤੱਥ ਦੱਸਦਾ ਤੇ ਦਿਲ ਇਹਦੇ ਲਾ ਕੀ ਦਾ ਗਿਆ ਦਿਖਾਉਣਾ ਤੁਹਾਨੂੰ ਕੀ ਮਤਲਬ ਇਸ ਦਾ ਨਹੀਂ ਇਹ ਮਤਲਬ ਇਸ ਕੈਟਾਗਰੀ ਵਾਲੇ ਜਾਨਵਰ ਦਾ ਦਿਲ ਲਗਾਇਆ ਗਿਆ ਸੀ ਉਸ ਜਵਾਗ ਦੇ 1984 ਚ ਤੇ ਕੰਮ ਵੀ ਕੀਤਾ ਇੱਕ ਮਹੀਨਾ ਤੇ ਥੋੜੀ ਦਿੱਕਤ ਆ ਗਈ ਸੀ ਤੇ ਉਸ ਜਵਾਗ ਦੀ ਮੌਤ ਹੋ ਗਈ ਸੀ ਹਨਾ ਤੇ ਗਾਂ ਦਿਖਾਉਣਾ ਹੁਣ ਤੁਹਾਨੂੰ 1972 ਚ ਜਰਮਨ ਚ ਹੋਈਆਂ ਸੀ 올림픽 ਮਿਊਨਿਕ ਮਿਊਨਿਚ ਮਿਊਨਿਕ ਮਿਊਨਿਚ ਤੇ ਉੱਥੇ ਹਮਲਾ ਕਰਤਾ ਸੀ ਇਜ਼ਰਾਈਲ ਦੇ ਪਲੇਅਰਾਂ ਤੇ ਪਲੈਸਟਾਈਨ ਵਾਲਿਆਂ ਨੇ ਹਮਲਾ ਕਰਤਾ ਸੀ ਤੇ ਹੋਸਟੇਜ ਕਰ ਲਏ ਸੀ ਤੇ ਮਾਰ ਵੀ ਦਿੱਤੇ ਸੀ ਪਰ ਜੋ ਬਾਤ 모사ਦ ਵਾਲਿਆਂ ਨੇ 모사드 ਜੈਸੀ ਆ ਜਿੱਦਾਂ ਸੀਵੀਆਈ ਹੋਗੀ ਐਫਵੀਆਈ ਹੋਗੀ 모사드 ਹੈਗੀ ਇਜ਼ਰਾਈਲ ਦੀ ਉਹਦੀਆਂ ਬੜੀਆਂ ਸਟੋਰੀਆਂ ਹੈਗੀਆਂ ਵੀ ਬੜੀਆਂ ਇੰਟਰਸਟਿੰਗ ਆ ਯਾਰ ਤੇ ਅੱਤੇ ਇੱਕ ਫਿਲਮ ਵੀ ਬਣੀ ਹੋਆ ਯਾਰ ਬਹੁਤ ਮਸ਼ਹੂਰ ਅੰਗਰੇਜ਼ੀ ਦੀ ਹੈ ਨਾ ਅੰਗਰੇਜ਼ੀ ਸੰਤ ਆਉਂਦੀ ਨਹੀਂ ਨਹੀਂ ਦੇਖ ਹੀ ਲੈਂਦੇ ਤੇ ਨਹੀਂ ਪਤੰਦਰਾ ਨੇ 올림픽 ਪਿੰਡ ਬਣਿਆ ਹੁੰਦੇ ਆ ਨਾ 올림픽 ਵਿਲੇਜ ਚ ਜਾ ਕੇ ਇਜ਼ਰਾਈਲ ਦੇ ਪਲੇਅਰਾਂ ਨੂੰ ਹੋਸਟੇਜ ਕਰ ਲਿਆ ਸੀ ਤੇ ਫਿਰ ਚਲੋ ਇਹਨਾਂ ਨੂੰ ਤਾਂ ਮਾਰਤਾ ਸੀਗਾ ਤੇ ਬਾਅਦ ਚ ਮੁਸਾਦ ਵਾਲਿਆਂ ਨੇ ਇਹਨਾਂ ਦੇ ਘਰ ਵਾਲਿਆਂ ਨੂੰ ਟੋਟੋਗੇ ਜੋ ਕੀਤਾ ਹਨਾ ਬਾਈ ਮੁਸਾਦ ਦੇ ਕਾਰਨਾਮੇ ਬੜੇ ਆਤਿਆ ਪਤੰਦਰ ਦੇ ਦਿਮਾਗ ਉਹਨਾਂ ਦਾ ਹਨਾ ਸਾਡੀ ਸੋਚ ਤੋਂ ਵੀ ਪਰੇ ਆ ਤੇ ਗਲਤ ਜਗ੍ਹਾ ਪੰਗਾ ਲੈ ਲਿਆ ਸੀ ਨਹੀਂ ਬਲੈਕ ਸਪਟੈਂਬਰ 6 ਇਹਨਾਂ ਦੇ ਗਰੁੱਪ ਦਾ ਨਾਮ ਸੀ ਜੋ ਵੀ ਅੱਤਵਾਦੀਆਂ ਦੇ ਦਾ ਇਹ ਉਸ ਸਮੇਂ ਦੀ ਫੋਟੋ ਅੱਜ ਦੇ ਦਿਨ 5 ਸਪਟੈਂਬਰ 1972 ਨੂੰ ਇਜ਼ਰਾਈਲ ਦੇ 플레이ਰਾਂ ਨੂੰ ਹੋਸਟੇਜ ਬਣਾ ਕੇ ਇਹ ਨਹੀਂ ਕੀਤਾ ਸੀ ਤੇ ਉਹੀ ਇੱਕ ਕਿਸਮ ਦਾ ਇਤਿਹਾਸ ਵਿੱਚ ਬੱਕਰੀ ਗੱਲ ਸੀ ਪਈ 올ੰਪਿਕਾ 올ੰਪਿਕੇ ਚ ਹਮਲਾ ਹੋਇਆ ਸੀਗਾ ਪਲੇਰਾਂ ਤੇ ਹਨਾ ਤੇ ਅੱਗੇ ਦਹੋਣਾ ਜੇਰ ਇਹਨਾਂ ਭਰਾਵੋ ਪਈ ਜਿੰਨੇ ਜੋਗੇ ਹੈਗੇ ਆ ਜਿੰਨਾ ਵੀ ਤੁਹਾਡੇ ਕੋਲ ਹੈ ਬਸ ਸਬਰ ਕਰਿਆ ਕਰੋ ਸ਼ੁਕਰ ਕਰਿਆ ਕਰੋ ਹਨਾ ਪਈ ਦੁਨੀਆ ਚ ਬਹੁਤ ਜੇ ਤੁਹਾਡੇ ਸਾਹ ਚੱਲਦੇ ਆ ਸਾਹ ਚੱਲਦੇ ਆ ਸਰੀਰ ਚੱਲਦਾ ਆ ਰੋਟੀ ਮਿਲਦੀ ਖਾਣ ਨੂੰ ਤੇ ਸੌਣ ਨੂੰ ਛੱਤ ਆ ਤੇ ਤੁਹਾਡੇ ਜਿੰਨਾ ਦੁਨੀਆ ਚ ਅਮੀਰ ਕੋਈ ਹੈ ਨਹੀਂਗਾ ਐਵੇਂ ਨਾ ਰੋਈ ਜਾਇਆ ਕਰੋ ਮਰ ਗਏ ਲੁੱਟ ਗਏ ਮੇਰੇ ਕੋ ਕੁਝ ਹੈ ਨਹੀਂ ਮੇਰੇ ਕੋ ਆ ਹੈ ਨਹੀਂ ਹਨਾ ਲੋਕਾਂ ਨੂੰ ਇਦਾਂ ਇਦਾਂ ਦੀਆਂ ਬਿਮਾਰੀਆਂ ਦੁਨੀਆ 'ਚ ਮੈਂ ਦਿਖਾਉਂਦਾ ਨਹੀਂ ਬਈ ਤੁਸੀਂ ਕਹਣਾ ਅੱਛਾ ਯਾਰ ਇਦਾਂ ਵੀ ਹੁੰਦੀ ਆ ਆ ਕੁੜੀ ਦਾ ਦਿਲ ਸਰੀਰ ਤੋਂ ਬਾਹਰ ਲੱਗਾ ਹੋਇਆ ਦੇਖ ਲਓ ਦਿਲ ਦੀ ਗੱਲ ਤੁਰੀ ਸੀ ਦਿਲ ਦੇ ਤੱਥ ਦੱਸਦਾ ਵੀ ਇਹ ਵੀ ਇੱਕ ਅਜੀਬ ਜਿਹੀ ਆ ਵੀ ਦੁਨੀਆ 'ਚ ਦਿਲ ਤਾਂ ਦੇਖ ਲਓ ਇਹ ਕੁੜੀ ਦੀ ਬਾਹਰ ਲੱਗਾ ਦਿਲ ਇਹ ਦੇਲੇ ਆਈ ਦਾ ਹਨਾ ਬਈ ਕਿੰਨੀ ਕਿਊਟ ਜਿਹੀ ਆ ਬਈ ਮਤਲਬ ਦੁਨੀਆ 'ਚ ਬਿਮਾਰੀਆਂ ਬਹੁਤ ਜ਼ਿਆਦਾ ਆ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂਗਾ ਵੀ ਲੋਕ ਉਹ ਵੀ ਜਿੰਦੇ ਹੀ ਆ ਇਹ ਤੁਹਾਡਾ ਸਰੀਰ ਠੀਕ ਠਾਕ ਆ ਰੋਟੀ ਮਿਲਦੀ ਬਸ ਤੁਹਾਡੇ ਵਰਗਾ امیر ਰਹਣੇ ਕਿ ਬੁੱਲੇ ਲੁੱਟਿਆ ਕਰੋ ਤੇ ਟੀ-ਸ਼ਰਟ ਭਾਵੇਂ ਹੁਣ ਵੀ ਚਿੱਟੀ ਆ ਟੀ-ਸ਼ਰਟ ਭਾਵੇਂ ਇੱਕੋ ਹੀ ਹੋਵੇ ਬਸ ਆਪਣੇ ਆਪ ਨੂੰ ਸੰਤੋਸ਼ਟੀ ਜਾਈਦੀ ਆ ਜਦੋਂ ਤੁਸੀਂ ਇਹ ਸੋਚਣਾ ਛੱਡਤਾ ਲੋਕ ਕੀ ਕਹਿਣਗੇ ਉਹ ਤਾਂ ਫਿਰ ਨਜ਼ਾਰਾ ਹੀ ਵੱਖਰਾ ਅੱਗੇ ਦਿਖਾਉਣੇ ਆ ਤੇ ਹਨਾ ਇਹਨਾਂ ਨੂੰ ਇਹਨਾਂ ਨੂੰ ਦੇਖ ਲਓ ਜੀ ਇਹਨਾਂ ਦੀ ਮੈਂ ਵੀਡੀਓ ਵੀ ਕੀਤੀ ਹੋਈ ਹੈ ਇੰਗਲੈਂਡ ਤੋਂ ਆ ਵੀ ਦੇ ਲੈ ਇਹਨਾਂ ਨੂੰ ਵੀ ਇਹ ਬੈਗ ਰੱਖਣਾ ਹੀ ਪੈਂਦਾ ਨਾਲ ਦੋ ਬੈਗ ਰੱਖਣੇ ਪੈਂਦੇ ਆ ਵੀ ਇੱਕ ਦੀ ਬੈਟਰੀ ਨਾ ਮੁੱਕ ਜੇ ਬੈਟਰੀ ਮੋਗ ਗਈ ਤਾਂ ਜ਼ਿੰਦਗੀ ਮੋਗ ਗਈ ਦੇਖ ਲਓ ਜੀ ਇਸ ਬੈਗ ਚ ਕੀ ਆ ਤੇ ਦਿਲ ਨੂੰ ਕਿਦਾਂ ਪੰਪ ਕਰਦਾ ਤੁਹਾਨੂੰ ਦਿਖਾਉਣਾ ਆ ਹਨਾ ਫਿਰ ਤੁਸੀਂ ਚੰਗੇ ਭਲੇ ਆ ਸਰੀਰ ਠੀਕ ਠਾਕ ਆ ਰਿਸਟ ਪੋਸਟ ਆ ਤਾਂ ਬਸ ਵੇ ਤੁਹਾਡੇ ਵਰਗਾ ਅਮੀਰ ਹੈ ਨਹੀਂ ਕੋਈ ਦੁਨੀਆ ਤੇ ਚ ਇਹ ਪਾਇਓ ਆ ਪੰਪ ਐਂਡ ਸੈਂਸਰ ਬਾਕਸ ਕੈਰੀਡ ਇਨ ਬੈਗ ਬੈਗ ਪੰਪ ਚੈਂਬਰ ਪੰਪ ਚੈਂਬਰ ਸਟੇਜਿੰਗ ਪਲੇਸ ਦੂਰੇਗੇ 6 ਆਵਰ ਆਪਰੇਸ਼ਨ 6 ਘੰਟੇ ਦਾ ਆਪਰੇਸ਼ਨ ਕਰਕੇ ਇਹਨਾਂ ਦੇ ਫਿੱਟ ਕੀਤਾ ਸੀ ਦਿਲ ਚ ਮਤਲਬ ਹਨਾ ਆ ਪਾਈਪ ਆ ਇਹ ਪਾਈਪਾਂ ਬੈਗ ਚ ਹਨਾ ਪੀਓ ਪੰਪ ਕਰਦੀਆਂ ਹਨਾ ਦੇ ਸਰੀਰ ਚ ਜਾ ਕੇ ਹਨਾ ਏਰ ਫਰੋਮ ਦਾ ਪੰਪ ਰਿਸਟਰ ਪੰਪਿੰਗ ਚੈਂਬਰਸ ਕਲਨ ਦਾ ਬਲੱਡ ਪਾਈਪਸ ਇੰਟਰ ਬੋਡੀ ਅੰਡਰ ਰਿਬ ਕੇਜ ਪੰਪ ਚੈਂਬਰ ਹਨਾ ਪੀਆ ਸਮਝ ਗਏ ਨਾ ਤੁਸੀਂ ਆ ਬਾਹਰੋਂ ਮਤਲਬ ਇਦਾਂ ਉਹਨਾਂ ਦਾ ਸਰੀਰ ਕੰਮ ਕਰਦਾ ਹਨਾ ਪੀ ਉਹੀ ਗੱਲ ਇੱਥੇ ਹੀ ਮੁੱਕਦੀ ਹੈ ਸਰੀਰ ਤੁਹਾਡਾ ਠੀਕ ਹੈ ਦੋ ਟਾਈਮ ਦੀ ਰੋਟੀ ਮਿਲਦੀ ਭਾਵੇਂ ਮੂੰਗੀ ਮਿਲਦੀ ਭਾਵੇਂ ਮਸਰੀ ਮਿਲਦੀ ਭਾਵੇਂ ਮੁਰਗੀ ਮਿਲਦੀ ਸਿਰ ਤੇ ਛੱਤ ਆ ਤੁਹਾਡੇ ਵਰਗਾ ਅਮੀਰ ਹੈ ਨਹੀਂ ਕੋਈ ਬਸ ਪੋਜ਼ਿਟਿਵ ਸੋਚਿਆ ਕਰੋ ਤੇ ਹੱਸਦੇ ਰਹੋ বাসਦੇ ਰਹੋ ਜੀ ਤੇਨਮੋਲ ਕੁੜੀ ਦਾ ਬਹੁਤ ਬਹੁਤ ਥੈਂਕ ਯੂ ਕਿਊਟ ਜਈ ਹੈ ਛੋਟੀ ਜੀ ਉਹਦੀ ਫੋਟੋ ਵੀ ਕਿਸੇ ਦਿਨ ਦਿਖਾਉਂਗਾ ਉਹਦੇ ਘਰ ਦੇ ਕਹਿੰਦੇ ਵੀ ਸੁੱਤੀ ਬਈ ਵੀ ਹਾਂਜੀ ਕਿੰਦਾ ਸਾਰੇ ਕਰਦੀ ਰਹਿੰਦੀ ਯਾਰ ਪਈ ਹੈ ਨਾ ਪਿਆਰ ਹੈ ਤੁਹਾਡਾ ਥੈਂਕ ਯੂ ਮੈਨੂੰ ਮਤਲਬ ਮਹਿਸੂਸ ਹੁੰਦਾ ਰਹਿੰਦਾ ਮੈਨੂੰ ਸਕਸੈਸ ਮਿਲ ਰਹੀ ਹੈ ਜੋ ਮੈਂ ਸੋਚਿਆ ਸੀ ਵੀ ਆਪਣੇ ਹਰ ਇੱਕ ਘਰ ਦੇ ਨਿਆਣਿਆਂ ਤੱਕ ਗੱਲਾਂ ਪਹੁੰਚਾਉਣੀਆਂ ਵੀ ਦੀਨ ਦੁਨੀਆਦਾਰੀ ਇੱਥੇ ਪਹੁੰਚ ਗਈ ਹੈ ਜਦੋਂ ਆਪਾਂ ਛੋਟੇ ਹੁੰਦਿਆਂ ਦੇ ਦਿਮਾਗ 'ਚ ਪਾ ਦੇਣੀ ਇਦਾਂ ਜਿੱਦਾਂ ਵੀ ਮੈਂ ਸਾ ਦੱਸਦਾ ਮੇਰੇ ਦਿਮਾਗ ਛੋਟੇ ਨੂੰ ਦੇ ਪਾਤਾ ਸੀ ਜੇ ਤੇਰੇ ਹੱਥ 'ਚ ਕੜਾ ਆਇਆ ਭਾਵੇਂ ਤੂੰ ਸਿਵੇਹਾਂ 'ਚ ਜਾ ਕੇ ਨਾਲਕੇ ਤੋਂ ਪਾਣੀ ਪੀਆ ਕੁਝ ਨਹੀਂ ਹੋਣਾ ਹਨਾ ਤੇ ਉਹੀ ਗੱਲ ਆ ਜੋ ਤੁਹਾਡੇ ਮਾਈਂਡ 'ਚ ਭਰ ਦਿੱਤਾ ਜਾਂਦਾ ساری ਉਮਰ ਉਹ ਬੰਦੇ ਦਾ ਸਾਥ ਦਿੰਦੀ ਆ ਚੀਜ਼ ਤੇ ਇਸ ਤਰ੍ਹਾਂ ਹੀ ਆਪਾਂ ਆਪਣੇ ਨਿਆਣਿਆਂ ਨੂੰ ਅਜੇ ਕਈਆਂ ਲੋਕਾਂ ਨੇ ਪੇਜ ਲਾਈਕ ਨਹੀਂ ਕੀਤਾ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੋਂ ਕਰਾਓ ਤੇ ਗੱਲਾਂ ਬੜੀਆਂ ਵਧੀਆ ਵਧੀਆ ਤੇ ਬੱਕਰੀਆਂ ਵੱਕਰੀਆਂ ਆਉਣੀਆਂ ਆ ਰਸਦੇ ਰਹੋ ਬਸਦੇ ਰਹੋ ਤੇ ਰੇਡੀਓ ਦੀ ਐਪ ਡਾਊਨਲੋਡ ਕਰ ਲਿਓ ਹਿੰਦੀ ਰੇਡੀਓ ਬਿਨਾ ਸਪੇਸ ਤੋਂ ਐਪਲ 'ਚ ਥੋੜੀ ਦਿੱਕਤ ਆ ਉਹ ਵੀ ਠੀਕ ਹੋ ਜਾਣੀ ਤੇ ਐਂਡਰੋਇਡ ਕਰ ਲਓ ਸਾਰੇ ਤੇ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਕੱਲ ਨੂੰ ਤੇ ਤੁਹਾਡਾ ਆਪਣਾ ਹਿੰਦੀ 'ਚ ਸਵਾਲ ਪਿੰਡ ਨਰੂੜ ਅਦਿਓ